ਕਲਾਸਰੂਮ ਦੇ ਵਿੱਚ ਇੱਕ ਅਣਜਾਣ ਵਿਅਕਤੀ ਦਾਖਲ ਹੁੰਦਾ ਹੈ ਅਤੇ ਇੱਕ ਲੜਕੀ ਦੇ ਜਿਹੜਾ ਕੱਪੜੇ ਉਤਾਰਦਾ ਹੈ ਉਸ ਨੂੰ ਅਸ਼ਲੀਲ ਸ਼ਬਦ ਬੋਲਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਆ ਦੂਸਰੀ ਲੜਕੀ ਦੇ ਕੱਪੜੇ ਲਾਉਂਦਾ ਹੈ ਤੇ ਉਸ ਨੂੰ ਅਸ਼ਲੀਲ ਸ਼ਬਦ ਬੋਲਦਾ ਹੈ ਤੇ ਫਿਰ ਉਹਨਾਂ ਦੇ ਸਾਹਮਣੇ ਪਿਸ਼ਾਬ ਕਰ ਦਿੰਦਾ ਹੈ ਇਹ ਗੰਦੀ ਹਰਕਤ ਜਿਹੜੀ ਆ ਦਿਲਪੁਰਬੀ ਦਿੱਲੀ ਤੋਂ ਸਾਹਮਣੇ ਆ ਰਹੀ ਆ ਪੂਰਬੀ ਦਿੱਲੀ ਦੇ ਸਰਕਾਰੀ ਸਕੂਲ ਦੀ ਆ ਜਿੱਥੇ ਇੱਕ ਅਣਜਾਣ ਵਿਅਕਤੀ ਜਿਹੜਾ ਕਲਾਸਰੂਮ ਦੇ ਵਿੱਚ ਦਾਖਲ ਹੁੰਦਾ ਏ ਉਸ ਵੇਲੇ ਜਿਸ ਵੇਲੇ ਬੱਚੇ ਜਿਹੜੇ ਹੁੰਦੇ ਨੇ ਉਹ ਅਧਿਆਪਕ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਅਧਿਆਪਕ ਪੀਰੀਅਡ ਲੈਣ ਦੇ ਲਈ ਜਿਹੜਾ ਹੈਗਾ ਆਵੇਗਾ ਅਧਿਆਪਕ ਕਲਾਸ ਲੈਣ ਦੇ ਲਈ ਜਿਹੜਾ ਹੈਗਾ ਆਵੇਗਾ ਤਾਂ ਇਸੇ ਦੌਰਾਨ ਇੱਕ ਅਣਜਾਣ ਵਿਅਕਤੀ ਜਿਹੜਾ ਕਲਾਸਰੂਮ ਦੇ ਵਿੱਚ ਦਾਖਲ ਹੁੰਦਾ ਏ ਤੇ ਇੱਕ ਲੜਕੀ ਦੇ ਜਿਹੜਾ ਹੈਗਾ ਕੱਪੜੇ ਉਤਾਰਦਾ ਹੈ ਕੱਪੜੇ ਉਤਾਰਨ ਤੋਂ ਬਾਅਦ ਉਸ ਨੂੰ ਅਸ਼ਲੀਲ ਸ਼ਬਦ ਬੋਲ ਦਾ ਉਸ ਤੋਂ ਬਾਅਦ ਦੂਸਰੀ ਲੜਕੀ ਦੇ ਕੋਲ ਜਾਂਦਾ ਹੈ ਉਸਤੇ ਕਪੜੇ ਉਤਾਰਦਾ ਹੈ ਉਸ ਤੋਂ ਬਾਅਦ ਅਸ਼ਲੀਲ ਸ਼ਬਦ ਬੋਲਦਾ ਹੈ ਜਿਸ ਤੋਂ ਬਾਅਦ ਉਹ ਉਹਨਾਂ ਦੇ ਅੱਗੇ ਪੇਸ਼ਾਬ ਕਰ ਦਿੰਦਾ ਹੈ ਵੱਡੀ ਗੱਲ ਵੱਡੀ ਗੱਲ ਜਿਹੜੀ ਉਹ ਇਹ ਹੈ ਕਿ ਜਦੋਂ ਇਹ ਲੜਕੀਆਂ ਜਿਹੜੀਆਂ ਨੇ ਅਧਿਆਪਕ ਕੋਲ ਜਾਂਦੀਆਂ ਨੇ ਪ੍ਰਿੰਸੀਪਲ ਕੋਲ ਜਾਂਦੀਆਂ ਨੇ ਤਾਂ ਪ੍ਰਿੰਸੀਪਲ ਤੇ ਅਧਿਆਪਕ ਵੱਲੋਂ ਇਹਨਾਂ ਨੂੰ ਆਖ ਦਿੱਤਾ ਜਾਂਦਾ ਹੈ ਕਿ ਜੋ ਵੀ ਕੁਝ ਹੋਇਆ ਤੁਸੀਂ ਭੁੱਲ ਜਾਓ ਅਤੇ ਹੁਣ ਇਸ ਘਟਨਾ ਦੇ ਉੱਪਰ ਚੁੱਪ ਰਹੋ ਹਾਲਾਂਕਿ ਨੋਟਿਸ ਜਿਹੜਾ ਆ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਜਾਰੀ ਕਰ ਦਿੱਤਾ ਗਿਆ ਦਿੱਲੀ ਮਹਿਲਾ ਕਮਿਸ਼ਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਨੋਟਿਸ ਜਿਹੜਾ ਹੈਗਾ ਉਹ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਦਿੱਲੀ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਣਸੀ ਸ਼ੋਸ਼ਣ ਮਾਮਲੇ ਦੇ ਵਿੱਚ ਮਾਮਲਾ ਜਿਹੜਾ ਹੈਗਾ ਆ ਦਰਜ ਕਰ ਲਿਆ ਗਿਆ ਪਰ ਇੱਥੇ ਵੱਡਾ ਸਵਾਲ ਜਿਹੜਾ ਹੈਗਾ ਅਧਿਆਪਕਾਂ ਦੇ ਉੱਪਰ ਖੜਾ ਹੁੰਦਾ ਹੈ ਕਿ ਜੇਕਰ ਕਿਸੇ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਹੋਇਆ ਤਾਂ ਫਰਜ਼ ਜਿਹੜਾ ਹੈਗਾ ਉਹ ਕਿੰਨਾ ਦਾ ਮੰਨਦਾ ਹੈ ਪਰ ਹਾਲਾਂਕਿ ਜਦੋਂ ਅਧਿਆਪਕਾਂ ਕੋਲੇ ਇਹ ਗੱਲ ਪਹੁੰਚਦੀ ਹੈ ਪ੍ਰਿੰਸੀਪਲ ਕੋਲੇ ਇਹ ਗੱਲ ਜਿਹੜੀ ਹੈਗਾ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਉਸ ਅਧਿਆਪਕ ਵੱਲੋਂ ਜਿਹੜਾ ਹੈਗਾ ਚੁੱਪ ਕਰਨ ਦੇ ਲਈ ਆਖ ਦਿੱਤਾ ਜਾਂਦਾ ਉਹਨਾਂ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਨਾਲ ਅਜਿਹਾ ਕੁਝ ਹੋਇਆ ਆ ਇੱਥੇ ਵੀ ਦੱਸਦੇ ਚੱਲੀ ਕਿ ਨਗਰ ਨਿਗਮ ਦੇ ਅਧੀਨ EDMC ਦੇ ਅਧੀਨ ਸਕੂਲ ਆਉਂਦੇ ਨੇ ਪਹਿਲੀ ਤੋਂ 5ਵੀਂ ਜਮਾਤ ਤੱਕ ਤੇ ਸਕੂਲ ਜਿਹੜੇ ਨੇ ਉਹ EDMC ਦੇ ਅਧੀਨ ਆਉਂਦੇ ਨੇ ਤੇ ਮਹਿਲਾ ਕਮਿਸ਼ਨ ਵੱਲੋਂ EDMC ਅਤੇ ਦਿੱਲੀ ਪੁਲਿਸ ਨੂੰ ਜਿਹੜਾ ਨੋਟਿਸ ਹੈਗਾ ਆ ਉਹ ਜਾਰੀ ਕੀਤਾ ਗਿਆ ਇੱਥੇ ਵੀ ਦੱਸਦੇ ਚੱਲੀ ਕਿ POCSO ਜਿਹੜਾ ਐਕਟ ਆ ਉਸ ਦੇ ਅਧੀਨ ਮਾਮਲਾ ਜਿਹੜਾ ਹੈਗਾ ਉਹ ਦਰਜ ਕਰ ਲਿਆ ਗਿਆ ਪਰ ਵਰੀ ਮੈਂ ਫਿਰ ਕਹੂੰਗਾ ਕਿ ਸਵਾਲ ਵੱਡਾ ਖੜਾ ਹੁੰਦਾ ਉਹਨਾਂ ਅਧਿਆਪਕਾਂ ਅਧਿਆਪਕਾਂ ਦੇ ਉੱਪਰ ਉਸ ਪ੍ਰਿੰਸੀਪਲ ਦੇ ਉੱਪਰ ਕਿਉਂਕਿ ਅਸੀਂ ਗੁਰੂ ਮੰਨਦੇ ਹਾਂ ਸਾਡੇ ਜਿਹੜਾ ਹੈਗਾ ਗੁਰੂ ਮੰਨਿਆ ਜਾਂਦਾ ਅਧਿਆਪਕ ਨੂੰ ਗੁਰੂ ਮੰਨਿਆ ਜਾਂਦਾ ਕਿ ਉਹਨਾਂ ਤੋਂ ਕੁਝ ਸਿੱਖਣ ਦੇ ਲਈ ਜਿਹੜਾ ਹੈਗਾ ਜਾਣਿਆ ਪਰ ਜਦੋਂ ਇਸ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ ਸਾਡੇ ਬੱਚਿਆਂ ਨੂੰ ਮਿਲੇਗੀ ਇਸ ਤਰ੍ਹਾਂ ਦੀ ਸਿੱਖਿਆ ਸਾਡੀ ਅਗਲੀ ਪੀੜ੍ਹੀ ਨੂੰ ਮਿਲੇਗੀ ਤਾਂ ਕਿਸ ਤਰ੍ਹਾਂ ਦਾ ਕੀ ਸਿੱਖਣਗੇ ਤਾਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਪੜਾਈ ਸਿੱਖਣਗੇ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਜਾਣਕਾਰੀ ਹੋ ਲੈਣਗੇ ਭਾਵੇਂ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਹੈਗਾ ਐਕਸ਼ਨ ਜ਼ਰੂਰ ਲਿਆ ਗਿਆ ਪਰ ਪ੍ਰਿੰਸੀਪਲ ਅਤੇ ਅਧਿਆਪਕ ਜਿਹੜੇ ਆ ਉਹ ਆਪਣਾ ਪੱਲਾ ਪਲੜਾ ਛਾੜਦੇ ਦਿਖਾਈ ਦਿੱਤੇ ਨੇ ਤਾਂ ਇੱਥੇ ਇੱਕ ਸਵਾਲ ਉਸ ਪ੍ਰਿੰਸੀਪਲ ਤੇ ਉਸ ਅਧਿਆਪਕਾਂ ਨੂੰ ਜ਼ਰੂਰ ਹੋਵੇਗਾ ਕਿ ਜੇਕਰ ਇਹ ਵਿਦਿਆਰਥਣਾ ਉਹਨਾਂ ਦੀਆਂ ਖੁਦ ਦੀਆਂ ਬੇਟੀਆਂ ਹੁੰਦੀਆਂ ਤਾਂ ਕੀ ਉਹ ਫਿਰ ਵੀ ਇਸ ਤਰ੍ਹਾਂ ਦੇ ਨਾਲ ਚੁੱਪ ਰਹਿੰਦੇ ਕਿਉਂਕਿ ਅਧਿਆਪਕ ਜਿਹੜੇ ਨੇ ਸਾਡੇ ਗੁਰੂ ਹੁੰਦੇ ਨੇ ਅਧਿਆਪਕਾਂ ਤੋਂ ਜੋ ਸਿੱਖਿਆ ਮਿਲਦੀ ਆ ਉਹੀ ਅਸੀਂ ਜਿਹੜੀ ਹੈ ਗਿਆ ਅੱਗੇ ਵਣਦੇ ਆ ਤਾਂ ਜੇਕਰ ਸਿੱਖਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਮਿਲੇਗੀ ਤਾਂ ਦੇਸ਼ ਤਾਂ ਕੀ ਬਣੇਗਾ ਤਾਂ ਸਾਡੇ ਆਉਣ ਵਾਲੇ ਭਵਿੱਖ ਦਾ ਸਾਡੇ ਆਉਣ ਵਾਲਾ ਜਿਹੜਾ ਹੈਗਾ ਫਿਊਚਰ ਆ ਉਸ ਦਾ ਕੀ ਬਣੇਗਾ ਇੱਕ ਹੋਰ ਗੱਲ ਇੱਥੇ ਜ਼ਰੂਰ ਦੱਸ ਦੇਵਾਂ ਕਿ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੀਸੀਟੀਵੀ ਕੈਮਰਾ ਕਿਸੇ ਤਰ੍ਹਾਂ ਦੀ ਕੋਈ ਸੀਸੀਟੀਵੀ ਫੁਟੇਜ ਨਹੀਂ ਮਿਲੀ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਸੀਸੀਟੀਵੀ ਕੈਮਰਾ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਮੌਜੂਦ ਨਹੀਂ ਸੀ ਤਵੱਡੇ ਸਵਾਲ ਜਿਹੜੇ ਹੈਗੇ ਆ ਇੱਥੇ ਖੜੇ ਹੁੰਦੇ ਨੇ ਅਧਿਆਪਕਾਂ ਦੇ ਉੱਪਰ ਜਿਨ੍ਹਾਂ ਵੱਲੋਂ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਵੱਲੋਂ ਆਖਿਆ ਗਿਆ ਕਿ ਜੋ ਵੀ ਕੁਝ ਹੋਇਆ ਉਹ ਤੁਸੀਂ ਭੁੱਲ ਜਾਓ ਦੇਖਣ ਵਾਲੇ ਸਰੋਤਿਆਂ ਦੇ ਲਈ ਇੱਥੇ ਮੈਂ ਦੋ ਸਵਾਲ ਜਿਹੜੇ ਹੈਗੇ ਆ ਜ਼ਰੂਰ ਛੱਟ ਕੇ ਜਾਊਂਗਾ ਤੁਸੀਂ ਆਪਣਾ ਜਿਹੜਾ ਉੱਤਰ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਕਿਉਂ ਅਧਿਆਪਕ ਅਤੇ ਪ੍ਰਿੰਸੀਪਲ ਵੱਲੋਂ ਚੁੱਪ ਰਹਿਣ ਦੇ ਲਈ ਕਿਹਾ ਗਿਆ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਗੰਦੀ ਹਰਕਤ ਹੋਈ ਹੈ ਕਿ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਜਾਣ ਪਹਿਚਾਣੋ ਆਦਮੀ ਦੇ ਨਾਲ ਸੀ ਕਿ ਉਹ ਪ੍ਰਿੰਸੀਪਲ ਅਤੇ ਉਹ ਅਧਿਆਪਕ ਉਸ ਅਣਜਾਣ ਆਦਮੀ ਨੂੰ ਜਿਹੜਾ ਹੈਗਾ ਜਾਣਦੇ ਸੀ ਕੀ ਇਸ ਦੇ ਕਾਰਨ ਹੀ ਚੁੱਪ ਰਹਿਣ ਦੇ ਲਈ ਕਿਹਾ ਗਿਆ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਜੇਕਰ ਇਸ ਤਰ੍ਹਾਂ ਦੀ ਸਿੱਖਿਆ ਜਿਹੜੀ ਸਾਡੇ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਵੱਲੋਂ ਸਾਡੇ ਆਉਣ ਵਾਲੇ ਭਵਿੱਖ ਨੂੰ ਜਿਹੜੀ ਮਿਲੇਗੀ ਤਾਂ ਸਾਡੇ ਦੇਸ਼ ਦਾ ਜਿਹੜਾ ਹੈਗਾ ਉਹ ਕੀ ਬਣੇਗਾ ਇਹ ਦੋ ਸਵਾਲ ਤੁਹਾਡੇ ਲਈ ਨੇ ਤੇ ਤੁਸੀਂ ਆਪਣਾ ਉੱਤਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਸ ਤਰ੍ਹਾਂ ਦੀ ਅਪਡੇਟਸ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਚਸਕਰੇ ਬੁੰਦੇ ਹੋ ਇਜਾਜ਼ਤ ਧੰਨਵਾਦ ਜੀ